ਕੁੜੀ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ, ਪਰੇਸ਼ਾਨ ਕਰਦੇ ਸੀ। ਇੱਕ ਤਾਂ ਦਾਜ ਦਾ ਵੀ ਹੈਗਾ ਸੀ ਕਾਫੀ ਇਹਨਾਂ ਦੇ ਮਨ ਤੇ ਮੁੰਡੇ ਦੇ। ਕੁੜੀ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ, ਪਰੇਸ਼ਾਨ ਕਰਦੇ ਸੀ। ਇੱਕ ਤਾਂ ਦਾਜ ਦਾ ਵੀ ਹੈਗਾ ਸੀ ਕਾਫੀ ਇਹਨਾਂ ਦੇ ਮਨ ਤੇ ਮੁੰਡੇ ਦੇ, ਅਤੇ ਦੂਜਾ ਨੰਬਰ ਇਹਦੇ ਬੱਚਾ 2-3 ਸਾਲ ਹੋ ਕੇ ਵਿਆਹ ਹੋਏ ਨੇ, ਉਹਦੇ ਕਰਕੇ ਵੀ ਇਹਨੂੰ ਲੱਗਦਾ ਹੋਣਾ ਵੀ ਇੱਦਾਂ ਕਰਕੇ ਵੀ ਹੋਰ ਵਿਆਹ ਕਰਾ ਲਾਂ, ਵੀ ਇਹਨੇ ਜਾਣ ਬੁੱਝ ਕੇ ਮਾਰੀ ਆ। ਸਾਰਾ ਕੁਛ ਮੰਨ ਗਿਆ ਹੁਣ ਤਾਂ ਸਾਹਮਣੇ ਆ ਗਈ ਗੱਲ। ਅਤੇ ਕੱਲ੍ਹ ਇਹਨੇ ਸਾਨੂੰ ਫੋਨ ਮੈਂ ਕੁੜੀ ਨੂੰ ਕੀਤਾ, ਕੁੜੀ ਨੇ ਮੈਨੂੰ ਵੈਸੇ ਗੱਲ ਕੀਤੀ ਆ, ਜਿਹੜੀ ਮਨ ਉਹਨੇ ਖੁੱਲ੍ਹ ਕੇ ਸਾਨੂੰ ਗੱਲ ਨਹੀਂ ਦੱਸਦੀ, ਕਿਉਂਕਿ ਮੇਰਾ BP ਵੱਧਦਾ ਸੀ। ਉਹ ਕਹਿੰਦੀ ਵੀ ਡੈਡੀ ਨੂੰ ਕੋਈ ਦੁੱਖ ਤਕਲੀਫ ਨਹੀਂ ਦੇਣੀ ਚਾਹੀਦੀ। ਉਸ ਤੋਂ ਬਾਅਦ ਮੈਂ ਚਲੋ ਗੱਲ ਕੀਤੀ, ਮੈਂ ਵੀ ਪੁੱਤ ਤੂੰ ਆਉਣਾ, ਕਹਿੰਦੀ ਡੈਡੀ ਵੀ ਪੁੱਛ ਨਹੀਂ ਮੈਂ ਆ ਜਾਂਦੀ, ਮਤਲਬ ਇਹਨਾਂ ਨੇ ਆਉਣੀ ਦਿੱਤੀ ਹੈਗੀ ਗੱਲ। ਆਉਣ ਤੋਂ ਬਾਅਦ ਫਿਰ ਇਹਨਾਂ ਨੇ ਮੇਰੇ ਨਾਲ 3 ਵਜੇ ਗੱਲ ਕੀਤੀ, ਇਹਨਾਂ ਨੇ 5:30 ਵਜੇ ਉਹਨੂੰ ਮਤਲਬ ਕਿ ਸਿਰਹਾਣਾ ਮੂੰਹ 'ਤੇ ਰੱਖ ਕੇ ਚੰਗੀ ਤਰ੍ਹਾਂ ਉੱਪਰ ਇਹਨੂੰ ਮਤਲਬ ਉੱਤਿਆ ਨਿਸ਼ਾਨ ਵਗੈਰਾ ਸੀਗਾ, ਫਿਰ ਇਹਨਾਂ ਨੇ ਉੱਪਰ ਟੰਗੀ ਪੱਖੇ, ਬਾਅਦ 'ਚ ਟੰਗ ਪਿਆ ਮਰੀ ਆ, ਹੈ ਨਹੀਂ ਪਿਆ ਮਰੀ ਆ ਨਾ ਮਾਰੀ ਆ, ਮਾਰੀ ਆ ਜੀ, ਮਰੀ ਨਹੀਂ। ਮੁੰਡਾ ਕੀ ਕਰਦਾ ਸੀਗਾ? ਮੁੰਡਾ ਟਾਲ ਟੂਲ ਦਾ ਕੰਮ ਕਰਦਾ ਜੀ। ਕਿੰਨਾ ਟਾਈਮ ਹੋ ਗਿਆ ਜੀ ਵਿਆਹ ਨੂੰ? ਵਿਆਹ ਨੂੰ 3 ਸਾਲ ਹੋ ਗਏ ਜੀ। ਮਾਰੀ ਆ ਕੁੜੀ, ਮਰੀ ਨਹੀਂ ਹੈਗੀ, ਕਿਉਂਕਿ ਜੇ ਕੁੜੀ ਆਪ ਮਰਦੀ ਕੋਈ ਤਕਲੀਫ ਸਾਨੂੰ ਦੱਸਦੀ, ਇਹਨਾਂ ਨੇ ਮਾਰੀ ਆ ਮਤਲਬ। ਪਹਿਲਾਂ ਵੀ ਤੁਹਾਨੂੰ ਕੰਪਲੇਂਟ ਆਈ ਸੀਗੀ? ਹਾਂ, ਤੰਗ ਪਰੇਸ਼ਾਨੀ ਸਾਨੂੰ ਪਹਿਲਾਂ ਕੰਪਲੇਂਟਾਂ ਆਉਂਦੀਆਂ ਰਹਿੰਦੀਆਂ ਸੀ, ਪਰ ਅਸੀਂ ਕਹਿੰਦੇ ਸੀ ਵੀ ਕੋਈ ਗੱਲ ਨਹੀਂ, ਕਿਉਂਕਿ ਗਰੀਬ ਬੰਦਾ ਵਾਰ ਵਾਰ ਇਹ ਕੰਮ ਨਹੀਂ ਕਰ ਸਕਦਾ ਹੁੰਦਾ, ਬੱਚੇ ਨੂੰ ਵੀ ਚਲੋ ਸਮਝ ਜੂ ਕੀ ਮਿਲੀ ਹੈ ਜੀ। ਅੱਜ ਸਾਨੂੰ ਸੂਚਨਾ ਮਿਲੀ ਜੀ, ਸ਼੍ਰੀ ਦੇਸਰਾਜ ਜੀ ਨੇ ਸਾਨੂੰ ਦੱਸਿਆ ਕਿ ਵੀ ਉਹਨਾਂ ਦੀ ਬੇਟੀ ਸ਼੍ਰੀ ਚਰਨਜੀਤ ਕੌਰ ਜਿਹੜੀ ਕਿ ਭਦਰਸੋਹੇ ਦੇ ਰਹਿਣ ਵਾਲੇ ਨੇ, ਕਿ ਇੱਥੇ ਅਨੰਦਨਗਰ 'ਚ ਵਿਆਹ ਹੋਏ ਸੀਗੇ, ਉਹਨਾਂ ਦੀ ਮੌਤ ਹੋਈ ਹੈ, ਅਤੇ ਮੌਤ ਦੇ ਕਾਰਨਾਂ ਬਾਰੇ ਅਸੀਂ ਦਰਿਆਫਤ ਕਰ ਰਹੇ ਹਾਂ, ਜੋ ਵੀ ਅਗਲੀ ਕਾਰਵਾਈ ਹੋਈ ਉਹ ਤੁਹਾਡੇ ਧਿਆਨ 'ਚ ਲਿਆ। ਦੇਖੋ ਜੀ, ਹਾਲ ਦੀ ਘੜੀ ਤਾਂ ਇਹ ਦੋਵੇਂ ਐਂਗਲਸ ਤੋਂ ਅਸੀਂ ਦੇਖ ਰਹੇ ਹਾਂ ਵੀ ਇਟ ਕੈਨ ਬੀ ਸੁਸਾਈਡ ਆਲਸੋ, ਇਟ ਕੈਨ ਬੀ ਮਰਡਰ ਆਲਸੋ। ਸਰ, ਕੋਈ ਨਿਸ਼ਾਨ ਦੇ ਸਰੀਰ 'ਤੇ ਹੈ? ਨਹੀਂ, ਫਿਲਹਾਲ ਇਸ ਚੀਜ਼ ਨੂੰ ਮੈਂ ਡਿਸਕਲੋਜ਼ ਨਹੀਂ ਕਰ ਸਕਦਾ, ਜੋ ਵੀ ਤਫਤੀਸ਼ ਹੋਊਗੀ ਉਹ ਤੁਹਾਡੇ ਧਿਆਨ 'ਚ ਲਿਆ ਸਕਦੀ।